ਅੱਜ 8 ਮਈ ਨੂੰ ਅਸੀਂ ਵਰਲਡ ਥੈਲੇਸੀਮੀਆ ਡੇ ਮਨਾ ਰਹੇ ਹਾਂ। ਡਿਸਟ੍ਰਿਕਟ ਹੋਸਪਿਟਲ ਹੁਸ਼ਿਆਰਪੁਰ ਵਿੱਚ ਇਹ ਮਨਾਇਆ ਜਾ ਰਿਹਾ ਆ। ਵਰਲਡ ਥੈਲੇਸੀਮੀਆ, ਥੋੜ੍ਹਾ ਜਿਹਾ ਮੈਂ ਥੈਲੇਸੀਮੀਆ ਬਾਰੇ ਦੱਸਣਾ ਚਾਹਾਂਗੀ। ਥੈਲੇਸੀਮੀਆ ਕੀ ਬਿਮਾਰੀ ਹੈ? ਥੈਲੇਸੀਮੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਬੱਚੇ ਦਾ ਖੂਨ ਆਪਣੇ ਆਪ ਨਹੀਂ ਬਣਦਾ। ਇਹ ਬਿਮਾਰੀ ਇੱਕ ਜੈਨੇਟਿਕ ਬਿਮਾਰੀ ਹੈ, ਇਹ ਇੱਕ ਜਮਾਂਦਰੂ ਬਿਮਾਰੀ ਹੈ ਜੋ ਕਿ ਬੱਚਾ ਆਪਣੇ ਮਾਂ ਬਾਪ ਤੋਂ ਇਨਹੈਰਿਟ ਕਰਦਾ ਹੈ। ਇਸ ਬਿਮਾਰੀ ਦੇ ਨਾਲ ਕੀ ਹੁੰਦਾ ਹੈ ਕਿ ਉਮਰ ਭਰ ਲਈ ਸਾਨੂੰ ਹਰ ਮਹੀਨੇ ਜਾਂ 15 ਦਿਨਾਂ ਬਾਅਦ ਬੱਚੇ ਨੂੰ ਬਲੱਡ ਚੜਾਉਣਾ ਪੈਂਦਾ ਹੈ। ਵਰਲਡ ਥੈਲੇਸੀਮੀਆ ਡੇ 'ਤੇ ਸਰਕਾਰ ਬਹੁਤ ਸਾਰੇ ਇਨੀਸ਼ੀਏਟਿਵ ਕਰ ਰਹੀ ਹੈ। ਸਰਕਾਰ ਨੇ ਇਸ ਚੀਜ਼ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਹੈ। 18 ਸਾਲ ਤੱਕ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਇਹ ਟ੍ਰੀਟਮੈਂਟ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਜਾਂਦਾ ਹੈ, ਜਿਹਦੇ ਵਿੱਚ ਡਿਸਟ੍ਰਿਕਟ ਹੋਸਪਿਟਲ ਵਿੱਚ ਜਿਹੜਾ ਬਲੱਡ ਹੈ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਉਹਨਾਂ ਦੇ ਸਰੀਰ ਦੇ ਵਿੱਚ ਜੋ ਆਇਰਨ ਵੱਧ ਜਾਂਦਾ ਹੈ, ਆਇਰਨ ਨੂੰ ਘਟਾਉਣ ਵਾਸਤੇ ਜੋ ਟ੍ਰੀਟਮੈਂਟ ਹੈ, ਯਾਨੀ ਕਿ ਜੋ ਡਰੱਗਸ ਹੈਗੀਆਂ ਹੈ, ਉਹ ਪਹਿਲਾਂ ਬਹੁਤ ਜ਼ਿਆਦਾ ਕੋਸਟਲੀ ਮੈਡੀਸਿਨ ਸੀ, ਉਹ ਪੇਸ਼ੈਂਟਸ ਨੂੰ ਆਪ ਖਰੀਦਣੀ ਪੈਂਦੀ ਸੀ, ਪਰ ਹੁਣ ਲਾਸਟ 5 ਸਾਲਾਂ ਤੋਂ ਉਹ ਜਿਹੜਾ ਟ੍ਰੀਟਮੈਂਟ ਹੈ ਉਹ ਸਰਕਾਰ ਨੇ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਹੋਇਆ ਹੈ ਬੱਚਿਆਂ ਨੂੰ। ਇਹ ਥੈਲੇਸੀਮੀਆ ਡੇ ਮਨਾਉਣ ਦਾ ਸਾਡਾ ਮਤਲਬ ਹੈ ਕਿ ਅਸੀਂ ਸਰਕਾਰ ਵਿੱਚ, ਅਸੀਂ ਆਮ ਜਨਤਾ ਵਿੱਚ ਇਸ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰ ਸਕੀਏ ਤਾਂ ਕਿ ਅਸੀਂ ਪੰਜਾਬ ਨੂੰ, ਆਪਣੇ ਦੇਸ਼ ਨੂੰ ਥੈਲੇਸੀਮੀਆ ਫ੍ਰੀ ਬਣਾ ਸਕੀਏ। ਉਸ ਦਾ ਕੀ ਤਰੀਕਾ ਹੈ ਕਿ ਅਸੀਂ ਜਦੋਂ ਵੀ ਸਾਨੂੰ ਲੱਗਦਾ ਹੈ ਕੋਈ ਵੀ ਸਾਡੇ ਫੈਮਿਲੀ ਵਿੱਚ ਕਿਸੇ ਬੱਚੇ ਦਾ ਖੂਨ ਘੱਟ ਹੈ ਜਾਂ ਕੋਈ ਫੀਮੇਲ ਹੈ ਜਿਨ੍ਹਾਂ ਦਾ ਖੂਨ ਘੱਟ ਹੈ, ਉਹਨਾਂ ਨੂੰ ਥੈਲੇਸੀਮੀਆ ਦਾ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਆ, ਵਿਆਹ ਤੋਂ ਪਹਿਲਾਂ ਵੀ ਜਾਂ ਵਿਆਹ ਤੋਂ ਬਾਅਦ ਵੀ ਜੇ ਉਹ ਪ੍ਰੈਗਨੈਂਸੀ ਪਲਾਨ ਕਰਦੇ ਪਏ ਹੈ। ਇਹ ਵਾਲਾ ਟੈਸਟ ਕੋਈ ਬਹੁਤ ਵੱਡਾ ਟੈਸਟ ਨਹੀਂ ਹੈ, ਇੱਕ ਸਿੰਪਲ ਬਲੱਡ ਟੈਸਟ ਹੈ ਜੋ ਕਿ ਸਾਰੇ ਡਿਸਟ੍ਰਿਕਟ ਹੋਸਪਿਟਲਸ ਵਿੱਚ ਫ੍ਰੀ ਆਫ ਕੋਸਟ ਕਰਵਾਇਆ ਜਾਂਦਾ ਆ। ਸਾਡੀ ਸਾਰੀ ਆਮ ਪਬਲਿਕ ਨੂੰ ਇਹ ਬੇਨਤੀ ਹੈ ਕਿ ਇਸ ਚੀਜ਼ ਨੂੰ ਅਸੀਂ ਇਗਨੋਰ ਨਾ ਕਰੀਏ, ਕਿਉਂਕਿ ਜੇ ਅੱਜ ਅਸੀਂ ਇਸ ਚੀਜ਼ ਨੂੰ ਇਗਨੋਰ ਕਰਦੇ ਹਾਂ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਜਿਹੜੀਆਂ ਆ ਉਸ ਇਸ ਬਿਮਾਰੀ ਤੋਂ ਜੂਝਦੀਆਂ ਆ। ਇਹ ਬਹੁਤ ਔਖਾ ਹੁੰਦਾ ਆ ਪੇਰੈਂਟਸ ਲਈ ਵੀ, ਪੇਸ਼ੈਂਟਸ ਲਈ ਵੀ, ਕਿ ਉਹ ਹਰ ਮਹੀਨੇ ਬੱਚੇ ਨੂੰ ਆ ਕੇ ਬਲੱਡ ਚੜਾਉਣ ਅਤੇ ਉਮਰ ਭਰ ਲਈ ਇਸ ਚੀਜ਼ ਦੇ ਉੱਪਰ ਡਿਪੈਂਡੈਂਟ ਹੋਵੇ। ਆਓ, ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਇਸ ਥੈਲੇਸੀਮੀਆ ਬਿਮਾਰੀ ਨੂੰ ਅਸੀਂ ਜੜ ਤੋਂ ਮਿਟਾਈਏ ਅਤੇ ਇੱਕ ਹੈਲਦੀ ਸੋਸਾਇਟੀ ਪ੍ਰੋਵਾਈਡ ਕਰੀ। ਇਹ ਫ੍ਰੀ ਆਫ ਕੋਸਟ ਹੈ, HPLC ਕਹਿੰਦੇ ਹਾਂ ਅਸੀਂ ਇਹਨਾਂ ਨੂੰ। ਇਹ ਤੁਸੀਂ ਕਿਸੇ ਵੀ ਡਿਸਟ੍ਰਿਕਟ ਹੋਸਪਿਟਲਸ ਵਿੱਚ ਤੁਸੀਂ ਇਹ ਆ ਕੇ ਸਿੰਪਲ ਇੱਕ ਟੈਸਟ ਲਿਖਵਾਉਣਾ ਆ, ਸਿੰਪਲ ਬਲੱਡ ਲਿਆ ਜਾਏਗਾ ਅਤੇ ਇਹ ਟੈਸਟ ਤੁਹਾਡਾ ਫ੍ਰੀ ਆਫ ਕੋਸਟ, ਇੱਕ ਸਿੰਪਲ ਬਲੱਡ ਦੇ ਟੈਸਟ ਤੋਂ ਸਾਨੂੰ ਪਤਾ ਚੱਲ ਜਾਏਗਾ ਅਸੀਂ ਮਾਈਨਰ ਹੈਗੇ ਹਾਂ ਜਾਂ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਵਿੱਚ ਚਾਂਸਿਸ ਤਾਂ ਨਹੀਂ ਹੈਗੇ ਇਸ ਬਿਮਾਰੀ ਨੂੰ ਆਉਣ ਦੇ। ਦੇਖੋ, ਜੇ ਤਾਂ ਸਪੋਜ਼ ਕੋਈ ਲੇਡੀਜ਼ ਹੈਗੀ ਆ, ਉਹ ਪ੍ਰੈਗਨੈਂਸੀ ਪਲਾਨ ਕਰ ਰਹੀ ਆ ਜਾਂ ਮੈਰਿਜ ਤੋਂ ਬਾਅਦ, ਉਸ ਟਾਈਮ ਉਹ ਗਾਇਨਾਕੋਲੋਜਿਸਟ ਨੂੰ ਮਿਲਣ, ਉਹ ਬਿਲਕੁਲ ਉਹਨਾਂ ਨੂੰ ਇਹ ਟੈਸਟ ਲਿਖ ਕੇ ਦੇਣਗੇ ਕਿ ਕੋਈ ਬੱਚਾ ਆ ਲੈਸ ਦੈਨ 18 ਈਅਰਸ ਦਾ, ਤਾਂ ਉਹ ਪੀਡੀਆਟ੍ਰੀਸ਼ੀਅਨ ਯਾਨੀ ਕਿ ਬੱਚਿਆਂ ਦੇ ਮਾਹਿਰ ਡਾਕਟਰ ਕੋਲ ਆ ਕੇ ਇਸ ਚੀਜ਼ ਬਾਰੇ ਜਾਣਕਾਰੀ ਵੀ ਲੈ ਸਕਦਾ ਅਤੇ ਆਪਣਾ ਟੈਸਟ ਵੀ ਕਰਾ ਸਕਦਾ। ਇਹਦਾ ਆਮ ਤੌਰ 'ਤੇ 6 ਮਹੀਨੇ ਤੱਕ ਵੀ ਸਾਨੂੰ ਪਤਾ ਚੱਲ ਜਾਂਦਾ ਆ ਬੱਚੇ ਦੇ ਵਿੱਚ ਖੂਨ ਨਹੀਂ ਬਣਦਾ। ਸਾਡੇ ਕੋਲ ਬੱਚੇ ਆਉਂਦੇ ਆ, ਕਹਿੰਦੇ ਆ ਕਿ ਵੀ ਬੱਚੇ ਦਾ ਖੂਨ ਨਹੀਂ ਬਣਦਾ ਪਿਆ। ਅਸੀਂ ਬਹੁਤ ਸਾਰੀਆਂ ਦਵਾਈਆਂ ਵੀ ਦੇਤੀਆਂ, ਖੂਨ ਵਧਾਉਣ ਦੀਆਂ ਦਵਾਈਆਂ ਵੀ ਦੇਤੀਆਂ, ਪਰ ਉਸ ਦੇ ਬਾਵਜੂਦ ਵੀ ਜੇ ਬੱਚੇ ਦਾ ਖੂਨ ਨਹੀਂ ਬਣਦਾ ਤਾਂ ਸਾਨੂੰ ਇਸ ਖੂਨ ਨਾ ਬਣਨ ਦਾ ਕਾਰਨ ਕੀ ਹੈ ਉਹਦੇ ਲਈ ਇਹ ਟੈਸਟ ਹੁੰਦਾ ਹੈ ਕਿ ਕਈ ਕਿਤੇ ਥੈਲੇਸੀਮੀਆ ਦੀ ਬਿਮਾਰੀ ਤਾਂ ਨਹੀਂ ਹੈ, ਕਿ ਉਸ ਲਈ ਫਿਰ ਸਾਨੂੰ ਇਹ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਮੈਂ ਡਾਕਟਰ ਬਲਵਿੰਦਰ ਕੁਮਾਰ, ਸਿਵਲ ਸਰਜਨ ਹੁਸ਼ਿਆਰਪੁਰ। ਅੱਜ ਅਸੀਂ ਜਿਹੜੇ ਪ੍ਰੋਗਰਾਮ ਵਿੱਚ ਇਕੱਠੇ ਹੋਏ ਹਾਂ ਉਹਦੇ ਵਿੱਚ ਅਸੀਂ ਵਰਲਡ ਥੈਲੇਸੀਮੀਆ 8 ਮਈ ਨੂੰ ਮਨਾ ਰਹੇ ਹਾਂ। ਥੈਲੇਸੀਮੀਆ ਬਿਮਾਰੀ ਜਿਹੜੀ ਆ ਉਹ ਇਨਹੈਰਿਟਿਡ ਬਿਮਾਰੀ ਆ ਜਿਹੜੀ ਬੱਚਿਆਂ ਦੇ ਵਿੱਚ ਪੈਦਾ ਹੁੰਦੀ ਆ। ਇਹਦੇ ਵਿੱਚ ਸਾਡੇ ਬਲੱਡ ਦੇ ਵਿੱਚ ਆਕਸੀਜਨ ਨੂੰ ਕੈਰੀ ਕਰਨ ਦੀ ਜਿਹੜੀ ਕਪੈਸਿਟੀ ਆ ਉਹ ਘੱਟ ਜਾਂਦੀ ਆ। ਆਕਸੀਜਨ ਸਾਡੀ ਸਰੀਰ ਦੇ ਲਈ ਬਹੁਤ ਇੱਕ ਅਹਿਮ ਇੱਕ ਤੱਤ ਆ ਜਿਹਦੇ ਕਰਕੇ ਅਸੀਂ ਜੀਨੇ ਹਾਂ। ਜੇ ਆਕਸੀਜਨ ਦੀ ਸਾਡੇ ਸਪਲਾਈ ਬਾਡੀ ਵਿੱਚ ਨਹੀਂ ਹੁੰਦੀ ਤਾਂ ਸਾਡੀ ਡੈਥ ਹੋ ਜਾਂਦੀ।
ਪਰ ਇਹ ਜਿਹੜਾ ਕਿ ਇਹ ਜਿਹੜਾ ਰੋਗ ਆ ਇਹਦੇ ਵਿੱਚ ਆਕਸੀਜਨ ਦੀ ਸਪਲਾਈ ਤਾਂ ਹੁੰਦੀ ਆ ਪਰ ਇੰਨੀ ਐਡੀਕੁਏਟ ਨਹੀਂ ਹੁੰਦੀ ਕਿ ਜਿੰਨੀ ਸਾਡੀ ਬੋਡੀ ਨੂੰ ਜ਼ਰੂਰਤ ਹੁੰਦੀ ਆ ਕਿਉਂਕਿ ਇਹਦੇ ਵਿੱਚ ਜਿਹੜੇ ਆਕਸੀਜਨ ਲੈ ਕੇ ਜਾਂਦੇ ਸੈੱਲ ਉਹ ਉਹਨਾਂ ਦੀ ਵਿੱਚ ਜੋ ਪ੍ਰੋਟੀਨ ਹੁੰਦੀ ਹਿਮੋਗਲੋਬਿਨ ਹੁੰਦੀ ਆ ਉਹ ਅਬਨੋਰਮਲ ਹੁੰਦੀ ਆ ਅਤੇ ਇਸ ਕਰਕੇ ਜਿਹੜੀ ਸਾਨੂੰ ਆਕਸੀਜਨ ਦੀ ਡੈਫੀਸ਼ੈਂਸੀ ਪੈਂਦੀ ਆ ਬੋਡੀ ਦੇ ਵਿੱਚ ਉਹਦੇ ਕਰਕੇ ਸਾਨੂੰ ਜਿਹੜਾ ਸਰੀਰ ਨੂੰ ਉਹ ਬਲੱਡ ਚੜਾਉਣਾ ਪੈਂਦਾ ਅਤੇ ਇਹ ਬੱਚਿਆਂ ਦੇ ਵਿੱਚ ਇਹ ਜਿਹੜੀ ਬਿਮਾਰੀ ਆ ਇਹ ਸਦਾ ਹੀ ਰਹਿੰਦੀ ਉਹਦੇ ਵਿੱਚ ਸਦਾ ਹੀ ਸਾਨੂੰ ਬਲੱਡ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਚੜਾਉਣਾ ਪੈਂਦਾ ਅਸੀਂ ਅੱਜ ਦਾ ਜਿਹੜਾ ਦਿਨ ਆ ਅਸੀਂ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਜਿਹੜੇ ਬੱਚਿਆਂ ਨੂੰ ਇਹ ਬਿਮਾਰੀ ਹੋਈ ਆ ਉਹਨਾਂ ਦੇ ਮਾਪੇ ਵੀ ਆਏ ਆ ਅਤੇ ਹੋਰ ਪਤਵੰਤ ਸੱਜਣ ਵੀ ਆਏ ਆ SMO ਸਾਹਿਬਾਨ ਨੇ ਵੀ ਸ਼ਿਰਕਤ ਕੀਤੀ ਆ ਸਾਡੇ NGO ਵੀ ਆਏ ਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਮੈਡਮ ਜੋਆ ਜੀ ਵੀ ਆਏ ਆ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜਾ ਦਿਨ ਅੱਜ ਮਨਾ ਰਹੇ ਹਾਂ ਤਾਂ ਕਿ ਸਾਡੀ ਪਬਲਿਕ ਦੇ ਵਿੱਚ ਅਵੇਅਰਨੈਸ ਹੋ ਸਕੇ ਕੋਈ ਵੀ ਬੱਚਾ ਬਿਨਾਂ ਇਲਾਜ ਤੋਂ ਨਾ ਰਹਿ ਸਕੇ ਸਾਡੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਨਵੀਂ ਬਿਲਡਿੰਗ ਦੇ ਵਿੱਚ ਅਸੀਂ ਵਾਰਡ ਬਣਾਇਆ ਜਿਹਨੂੰ ਥੈਲੇਸੀਮੀਆ ਵਾਰਡ ਕਹਿੰਦੇ ਹਾਂ ਉਹਦੀ ਬੜੀ ਵਧੀਆ ਮੇਨਟੇਨੈਂਸ ਕੀਤੀ ਆ ਸਾਫ਼ ਸਫਾਈ ਬਹੁਤ ਵਧੀਆ ਸੋ ਅਸੀਂ ਪਬਲਿਕ ਨੂੰ ਇਹੀ ਸਾਡੀ ਜਿਹੜੀ ਆਵਾਮ ਆ ਉਹਨੂੰ ਇਹੀ ਬੇਨਤੀ ਕਰਦੇ ਹਾਂ ਕਿ ਕੋਈ ਵੀ ਮਰੀਜ਼ ਜਿਹੜਾ ਥੈਲਾਸੀਮੀਆ ਦਾ ਉਹ ਲਿਆਓ ਅਤੇ ਡਾਕਟਰ ਨੂੰ ਦਿਖਾ ਲਓ ਅਤੇ ਉਹਦਾ ਇਲਾਜ ਕਰਾਓ ਤਾਂ ਕਿ ਅਸੀਂ ਬੜਮੁੱਲੀ ਜਿਹੜੀ ਜਾਨ ਆ ਆਪਣੇ ਬੱਚਿਆਂ ਦੀ ਉਹ ਬਚਾ ਸਕੀਏ ਥੈਂਕ ਯੂ ਵੈਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਰਲਡ ਥੈਲਾਸੀਮੀਆ ਡੇ ਦੇ ਉੱਤੇ ਸਿਵਲ ਹਸਪੀਟਲ ਹੁਸ਼ਿਆਰਪੁਰ ਵਿਖੇ ਅਸੀਂ ਪਹੁੰਚੇ ਹਾਂ ਜੀ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਦਾ ਦਿਨ ਮਨਾਉਂਦਿਆਂ ਹੋਇਆ ਜੋ ਨਵਾਂ ਵਾਰਡ ਥੈਲਾਸੀਮੀਆ ਵਾਰਡ ਸੈਟਅਪ ਕੀਤਾ ਗਿਆ ਗਵਰਨਮੈਂਟ ਵੱਲੋਂ ਉਹਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਔਰ 2 ਏਅਰ ਕੰਡੀਸ਼ਨਸ ਦੀ ਸੇਵਾ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਕੀਤੀ ਗਈ ਹੈਗੀ ਹੈ ਛੋਟੇ ਛੋਟੇ ਬੱਚਿਆਂ ਵੱਲ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿ ਪਰਮਾਤਮਾ ਨੇ ਕਿਹੜੀ ਵਜ੍ਹਾ 'ਚ ਇਹਨਾਂ ਨੂੰ ਇਸ ਬਿਮਾਰੀ ਨਾਲ ਪੈਦਾ ਕੀਤਾ ਜੈਨੇਟਿਕ ਬਿਮਾਰੀ ਹੈ ਜੋ ਮੈਨੂੰ ਪਤਾ ਲੱਗਾ ਔਰ ਬਲੱਡ ਟ੍ਰਾਂਸਫਿਊਜ਼ਨ ਹੀ ਇਹਦਾ ਇੱਕ ਹੱਲ ਹੈ ਉਹਦੇ ਵਿੱਚ ਸਾਡੀ ਸਰਕਾਰ ਵੱਲੋਂ ਮੌਕੇ ਦੀ ਸਰਕਾਰ ਸੂਬੇ ਸਰਕਾਰ ਵੱਲੋਂ ਬਹੁਤ ਵਧੀਆ ਐਫਰਟ ਕੀਤਾ ਗਿਆ ਉਸ ਐਫਰਟ ਦੇ ਵਿੱਚ ਹੀ ਯੋਗਦਾਨ ਸਿੱਖ ਵੈਲਫੇਅਰ ਸੁਸਾਇਟੀ ਨੇ ਪਾਇਆ ਔਰ ਥੈਲਾਸੀਮੀਆ ਵਾਰਡ ਦੇ ਵਿੱਚ 2 ਨਵੇਂ ਏਅਰ ਕੰਡੀਸ਼ਨ ਦੇਖ ਕੇ ਅਸੀਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਵੈਲਫੇਅਰ ਸੁਸਾਇਟੀ ਜੋ ਸਮਾਜ ਦੀ ਸੇਵਾ ਲਈ ਵਚਨਬੰਧ ਹੈ ਔਰ ਹਮੇਸ਼ਾ ਹੀ ਹੁਸ਼ਿਆਰਪੁਰ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਾਰੇ ਨਵੇਂ ਕੈਂਪਸ ਡ੍ਰੀਮ ਸਕੂਲ ਐਂਡ ਕੋਚਿੰਗ ਇੰਸਟੀਟਿਊਟ ਮੈਂ ਸਵਾਗਤ ਕਰਤਾ ਹੂੰ ਮੈਂ ਆਪ ਲੋਗੋਂ ਕੋ ਬਤਾ ਦੇਣਾ ਚਾਹਤਾ ਹੂੰ ਕਿ ਹਮਾਰੇ ਇੰਸਟੀਟਿਊਟ ਮੈਂ ਕਲਾਸਿਸ 5th to 12th ਬੋਥ ਸਕੂਲਿੰਗ ਐਂਡ ਕੋਚਿੰਗ ਕਿ ਐਡਮਿਸ਼ਨ ਓਪਨ ਹੋ ਚੁੱਕੀ ਹੈ ਜੋ ਸਟੂਡੈਂਟਸ ਹਮਾਰੇ ਕੋਚਿੰਗ ਇੰਸਟੀਟਿਊਟ ਮੈਂ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।